अस्सलाम वालेकुम जी। वालेकुम सलाम। अज दी कबड्डी नू तुसी बहुत रंगीन किया, लोगों नू बहुत खुश किया, ते आखिरी कबड्डी तुहाडी इस वास्ते पवाएगी कि तुसी बहुत अच्छा खेडे। माशाल्लाह सारे अपने इलाके दे प्लेयर बहुत अच्छे ने, ते लेकिन तुसी बहुत अच्छा मतलब किरदार अदा किया है, ते की नाम की तुहाडा जनाब? जी मेरा नाम लादी ताल मरूफ मक्खन माची। अच्छा, ते उगड़ा साहब क्यों सफर साहब थोनू कह रहे सी? ए जी इन्हां दी मोहब्बत है बड़ी खास, साडे वास्ते बड़ी खास मोहब्बत है कि जेड़ा कि सानू किसे किना किसे तरह प्रोटोकॉल देंदे। सही, ते तुसी केड़े इलाके चो? जी असि कमालिया तो। ठीक है, माशाल्लाह। ते कदों तू ए तुसी कबड्डी शुरू कीती? तकरीबन जी मैचां दे विच एंट्री होई है जो 3 सालां दी। 3 सालां तो किनू वेख के शौक पैदा होया? ਜੀ ਮੈਂ ਸਟਾਰਟ ਤੋਂ ਮੈਚ ਮੇਰਾ ਜੀ ਹੋਇਆ ਜੀ ਅਦੀਬ ਰਬਾਨੀ। ਅੱਛਾ, ਬੜਾ ਉਹਨਾਂ ਨਾਲ ਜੀ ਬੜਾ ਬੜਾ ਉੱਚਾ ਖਿਲਾੜੀ ਹੈ। ਸਹੀ, ਉਹਨਾਂ ਤੋਂ ਮੇਰਾ ਸਟਾਰਟ ਹੋਇਆ ਜੀ। ਉਹਨਾਂ ਕੁਝ ਇਸ ਤਰ੍ਹਾਂ ਦਾ ਮੈਨੂੰ ਮਾਰ ਮਤਲਬ ਸ਼ਿਕਸਤ ਸਿੱਧਾ ਪਧਰਾ ਕੀਤਾ ਜਾਂ ਜੇ ਇਸ ਤਰ੍ਹਾਂ ਦਾ ਸਿੱਧਾ ਪਧਰਾ ਕੀਤਾ ਕਿ ਸ਼ੌਕ ਪੈ ਗਿਆ। ਸਹੀ, ਫਿਰ ਬਸ ਖੇਲਦਾ ਖੇਲਦਾ ਅਲਹਮਦੁਲਿਲਾ ਤੁਹਾਡੀ ਮੁਹੱਬਤ ਨਾਲ ਅੱਜ ਸਹੀ ਮੈਚ ਵਿਨ ਕੀਤਾ। ਠੀਕ ਹੈ, ਤੇ ਉਸ ਤੋਂ ਇਲਾਵਾ ਤੁਸੀਂ ਕਿਹੜੇ ਕਿਹੜੇ ਇਲਾਕਿਆਂ 'ਚ ਮੈਚ ਖੇਡੇ ਤਕਰੀਬਨ? ਅਲਹਮਦੁਲਿਲਾ ਫੈਸਲਾਬਾਦ, ਤਕਰੀਬਨ ਪੂਰੇ ਪਾਕਿਸਤਾਨ। ਪੂਰੇ ਪਾਕਿਸਤਾਨ ਆਲਮ। ਚਲੋ ਸਹੀ ਹੈ। ਤੇ ਜ਼ਫਰ ਸਾਹਿਬ ਸਾਡੇ ਇਲਾਕੇ ਦੇ ਬੜੇ ਅੱਛੇ ਅਨਾਊਂਸਰ ਨੇ, ਇਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹਨਾਂ ਦੇ ਖਿਆਲ ਆਪਣਾ, ਇਹਨਾਂ ਦੇ ਬਾਰੇ ਖਿਆਲਾਤ ਹਨ ਕਿ ਮੇਰੇ ਬਹੁਤ ਹੀ ਅਜ਼ੀਜ਼ ਹਨ, ਬੜੇ ਮੇਰੇ ਵੱਡੇ ਭਾਈ ਦੀ ਤਰ੍ਹਾਂ। ਸਹੀ, ਜਿਸ ਤਰ੍ਹਾਂ ਕਿਸੇ ਦਾ ਵੱਡਾ ਭਾਈ ਗਾਈਡ ਕਰਦਾ ਹੈ ਨਾ ਜੀ, ਮੈਚ ਲੈਣ ਦੇ ਵਿੱਚ ਮੈਨੂੰ ਗਾਈਡ ਕਰਨ ਵਾਲੇ ਜ਼ਫਰ ਭਾਈ ਹਨ। ਸਹੀ, ਤੇ ਅੱਜ ਜਿਹੜਾ ਮੈਚ ਇੱਥੇ ਖੇਲਿਆ ਜੋ ਕੁਝ ਇਸ ਭਾਈ ਦੀ ਬਦੌਲਤ ਹੈ, ਕਿਉਂਕਿ ਇਸ ਏਰੀਆ ਦੇ ਵਿੱਚ ਲੈ ਕੇ ਆਉਣ ਵਾਲੇ ਮੈਨੂੰ ਜ਼ਫਰ ਭਾਈ ਹਨ। ਸਹੀ, ਤੇ ਅੱਲਾਹ ਤਾਲਾ ਇਹਨਾਂ ਨੂੰ ਖੁਸ਼ ਰੱਖੇ, ਆਬਾਦ ਰੱਖੇ। ਸਹੀ, ਤੇ ਇਹਨਾਂ ਦੀ ਦੁਆਵਾਂ ਨਾਲ ਅਸੀਂ ਠੀਕ ਠੀਕ ਹੋ ਗਏ। ਮਿਹਰਬਾਨੀ।